ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅਸੀਂ ਅੱਜ ਹੌਲ ਬਾਜ਼ਾਰ ਅੰਮ੍ਰਿਤਸਰ 'ਚ ਆਏ ਹਾਂ। ਇੱਥੇ ਇਲੈਕਟ੍ਰੋਨਿਕ ਸ਼ੌਪ ਹੈ, ਦਿਲਬਾਗ ਭਾਜੀ ਦੀ ਸ਼ੌਪ ਹੈ। ਉੱਥੇ ਇੱਕ ਸਰਦਾਰ ਜੀ ਕੰਮ ਕਰਦੇ ਨੇ ਪਿਛਲੇ 20 ਸਾਲਾਂ ਤੋਂ। ਉਹਨਾਂ ਦਾ ਜਿਹੜਾ ਕੰਮ ਹੈ ਇਲੈਕਟ੍ਰੋਨਿਕ ਦਾ, ਉਹ ਬਹੁਤ ਹੀ ਵਧੀਆ ਚੱਲ ਰਿਹਾ ਅਤੇ ਨਾਲ ਉਹ ਸਰਕਾਰੀ ਮਹਿਕਮੇ 'ਚ ਵੀ ਜੌਬ ਕਰ ਰਹੇ ਨੇ। ਅੱਜ ਅਸੀਂ ਲੋਕ ਕਹਿੰਦੇ ਹਾਂ ਕਿ ਪੰਜਾਬ ਛੱਡ ਕੇ ਅਸੀਂ ਬਾਹਰ ਚੱਲ ਜਾਈਏ, ਲੇਕਿਨ ਬਾਹਰੋਂ ਆ ਕੇ ਬੰਦੇ ਇੱਥੇ ਕਾਮਯਾਬ ਨੇ। ਜਿਨ੍ਹਾਂ ਦੀ ਸ਼ੌਪ 'ਤੇ ਅਸੀਂ ਆਏ ਹਾਂ ਉਹ ਦਿਲਬਾਗ ਸਿੰਘ ਜੀ ਨੇ, ਇਹਨਾਂ ਦੀ ਸ਼ੌਪ 'ਤੇ ਇਹ ਪਿਛਲੇ 20 ਸਾਲ ਤੋਂ ਲੱਗੇ ਹੋਏ ਨੇ ਰਿਪੇਅਰ ਕਰਨ, ਅਤੇ ਬੜੇ ਸਾਦੇ ਢੰਗ ਨਾਲ ਆਇਆ ਸੀਗਾ ਇਹ ਬੰਦਾ, ਅਤੇ ਇਹਨਾਂ ਦੀ ਬਦੌਲਤ ਹੈ ਜਿਨ੍ਹਾਂ ਜੇ ਅੱਜ ਗੁਰਸਿੱਖੀ ਦਾ ਜੀਵਨ ਜੀ ਰਹੇ ਨੇ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਦੇ ਨਾਲ, ਅਤੇ ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਸਰਦਾਰ ਜੀ ਸਤਿ ਸ਼੍ਰੀ ਅਕਾਲ। ਦੇਖੋ ਜੀ, ਇਹਨਾਂ ਨਾਲ ਮੇਰਾ 25 ਸਾਲ ਦਾ ਪੁਰਾਣਾ ਪਿਆਰ ਹੈ ਜੀ। 25 ਸਾਲ ਤੋਂ ਇਹਨਾਂ ਨੂੰ ਜਾਣਦਾ ਪਿਆ ਅਤੇ ਉਦੋਂ ਦੇ ਗਿਰ ਸੁੱਖ ਸੱਜੇ ਹੋਏ ਆ। ਅਤੇ ਸੁਣਨ 'ਚ ਆਇਆ ਵੀ ਇਹਨਾਂ ਨੂੰ ਉੱਥੋਂ ਬਿਹਾਰ ਚੰਗਾ ਨਹੀਂ ਲੱਗਾ। ਇੱਕ ਦਿਨ ਗੁਰੂ ਰਾਮਦਾਸ ਧਰਤੀ 'ਤੇ ਮੱਥਾ ਟੇਕਣ ਆਏ ਅਤੇ ਉੱਥੇ ਇਹਨਾਂ ਨੂੰ ਪਤਾ ਲੱਗਾ ਵੀ ਇਹਦੇ ਨਾਲ ਦੀ ਧਰਤੀ ਕੋਈ ਨਹੀਂ ਹੈਗੀ। ਉਸ ਤੋਂ ਬਾਅਦ ਇਹ ਗੁਰਸਿੱਖ ਹੀ ਇੱਥੇ ਆ ਕੇ ਬਣ ਗਏ। ਫਿਰ ਇਹਨਾਂ ਨੇ ਕਿਹਾ ਹੌਲੀ ਹੌਲੀ ਸਾਨੂੰ ਕੰਮ ਸਿਖਾ ਦਿਉ, ਫਿਰ ਇਹਨਾਂ ਨੂੰ ਕੰਮ 'ਚ ਪਾ ਦਿੱਤਾ ਅਤੇ ਬੜਾ ਸੋਹਣਾ ਕੰਮ ਕਰਦੇ ਅੱਜ, ਆਪਣੀ ਦਹਾਨਵਾਂ ਦੀ ਕਿਰਤ ਕਰਕੇ ਆਪਣਾ ਪਰਿਵਾਰ ਚਲਾ ਰਹੇ ਆ। ਅਤੇ ਬਹੁਤ ਸੋਹਣਾ, ਮਤਲਬ ਅੱਜ ਸ਼ਹਿਰ 'ਚ ਚਾਰ ਬੰਦੇ ਇਹਨਾਂ ਨੂੰ ਜਾਣਦੇ ਵੀ ਆ, ਬਹੁਤ ਚੰਗਾ ਵਾ। ਅਤੇ ਮਹਾਰਾਜ ਦੀ ਕਿਰਪਾ ਨਾਲ ਪ੍ਰਾਈਵੇਟ ਜੋਬ ਇਹਨਾਂ ਨੂੰ ਬੀਜੀ ਘਰ ਦੇ ਵਿੱਚ ਮਿਲ ਗਈ ਹੈ ਮਹਾਰਾਜ ਦੇ ਚਰਨਾਂ ਦੀ ਕਿਰਪਾ ਦੇ ਨਾਲ। ਅੱਜ ਬਹੁਤ ਸੋਹਣੀ ਆਪਣੀ ਨੌਕਰੀ ਕਰਦੇ ਪਿਆ, ਨਾਲ ਆਪਣਾ ਪਰਿਵਾਰ ਚਲਾ ਰਹੇ ਆ। ਅਤੇ ਬਹੁਤ ਪਰਮੇਸ਼ਰ ਦਾ ਸ਼ੁਕਰ ਕਰਦੇ ਆ, ਦੋ ਟਾਈਮ ਦਰਬਾਰ ਸਾਹਿਬ ਹਾਜ਼ਰੀ ਭਰਦੇ ਆ। ਅਤੇ ਚਲੋ, ਮਤਲਬ ਬਹੁਤ ਸਾਰਾ ਪਿਆਰ ਸੁਆਗਤ ਇਹਨਾਂ ਨੂੰ ਮਾਰਕੀਟ 'ਚ ਵੀ ਮਿਲਦਾ ਪਿਆ, ਅਤੇ ਬਹੁਤ ਚੰਗੀ ਗੱਲ ਹੈ ਜੀ। ਇਹ ਬਹੁਤ ਵਧੀਆ ਇਹਨਾਂ ਨੂੰ ਮਤਲਬ ਕਿਰਤ ਆਪਣੀ ਕਰਦੇ ਆ। ਇਸ ਕਰਕੇ ਸਾਰਿਆਂ ਨੂੰ ਇਹੋ ਬੇਨਤੀ ਹੈ ਜੀ, ਜਿਸ ਤਰ੍ਹਾਂ ਕਿਰਤ ਕਾਰੋਬਾਰ ਆਪਣਾ ਕਰੋ, ਮਹਾਰਾਜ ਦੇ ਘਰ ਦਰਸ਼ਨ ਕਰੋ, ਸਿਮਰਨ ਆਪਣਾ ਵੱਧ ਤੋਂ ਵੱਧ ਕਰੋ ਜੀ। ਅਤੇ ਬਾਕੀ ਇਹ ਬਾਕੀ ਠੀਕ ਆ ਜੀ, ਬਹੁਤ ਵਧੀਆ ਜੀ ਬੰਦਾ ਜੀ, ਠੀਕ ਠਾਕ ਜੀ। ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਸਾਡੇ ਇੱਕ ਬੜੇ ਸਰਦਾਰ ਜੀ ਬਣੇ ਨੇ, ਹੈਗਾ ਗੁਰਸਿੱਖ ਹੈ ਲੇਕਿਨ ਉਹ ਉੱਧਰੋਂ ਬਿਹਾਰੀ ਆਇਆ ਸੀਗਾ। ਇਸ ਬੰਦੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ। ਇਹ ਬੰਦਾ ਜੋ ਅੱਜ ਕੰਮ ਕਰ ਰਿਹਾ ਪਿਛਲੇ 20 ਸਾਲ ਤੋਂ, ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋਗੇ? ਮੇਰਾ ਨਾਮ ਕੁਲਵੰਤ ਸਿੰਘ ਹੈ ਜੀ। ਤੇ ਪਿਛਲੇ ਕਿੰਨੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ? ਘੱਟੋ ਘੱਟ 20-25 ਸਾਲ ਸੇ ਕੰਮ ਕਰਨ ਲੱਗੇ ਜੀ। ਓਕੇ, ਤੇ ਇਹ ਹੁਣ ਤੁਸੀਂ ਕੀ ਕਰ ਰਹੇ ਹੋ? ਇਹ ਪੰਖਾ ਬਾਈਂਡ ਕਰਾ ਕੇ ਲਿਆ, ਇਹਨੂੰ ਫਿਟਿੰਗ ਫੁਟਿੰਗ ਕਰਨ ਰਿਹਾ ਜੀ। ਇੰਡੀਆ ਭਾਰਤ ਦੇਸ਼ ਹੈ, ਬੜੇ ਵਧੀਆ ਦੇਸ਼ ਹੈ, ਇੱਥੇ ਆਪਣਾ ਕਾਰੋਬਾਰ ਚਲਾਓ, ਮਨ ਲਗਾ ਕੇ ਸੱਚੇ ਦਿਲ ਸੇ ਕੰਮ ਕਰੋ, ਇੱਥੇ ਹੀ ਪੈਸੇ ਹੀ ਪੈਸੇ ਹੈ। ਇੱਥੇ ਆਪਣਾ ਜਿਹੜਾ ਆਪਣਾ ਪੰਜਾਬ ਕੇ ਨੌਜਵਾਨ ਸੇ ਬੇਨਤੀ ਹੈ ਕਿ ਗੁਰੂ ਰਾਮਦਾਸ ਜੀ ਕੇ ਨਗਰੀ ਹੈ, ਛੱਡ ਕੇ ਬਾਹਰ ਨਾ ਜਾਇਆ ਕਰੋ। ਇੱਥੇ ਮਹਾਰਾਜ ਨੂੰ ਦੋ ਵਾਰ ਹਾਜ਼ਰੀ ਭਰੋ, ਮਹਾਰਾਜ ਕੇ ਨਾਮ ਜਪੋ, ਸਿਮਰਨ ਕਰੋ, ਇੱਥੇ ਹੀ ਕਾਰੋਬਾਰ ਵੱਧ ਸੇ ਵੱਧ ਚੱਲਣਗੇ। ਤੁਸੀਂ ਰੋਜ਼ ਜਾਂਦੇ ਹੋ? ਹਾਂਜੀ, ਮੈਂ ਰੋਜ਼ ਦਰਬਾਰ ਸਾਹਿਬ ਜਾਂਦਾ। ਦੋ ਵਾਰੀ ਨਹੀਂ, ਇੱਕ ਵਾਰ ਰਾਤ ਨੂੰ ਜਾਂਦਾ। ਗੁਰਸਿੱਖ ਕਦੋਂ ਬਣੇ ਜੀ? ਗੁਰਸਿੱਖ ਬਣਿਆ ਮੈਨੂੰ ਘੱਟੋ ਘੱਟ 25-30 ਸਾਲ ਹੋ ਗਏ। ਬਾਕੀ ਲੋਕਾਂ ਨੂੰ ਸੁਨੇਹਾ ਦੇਣਾ ਕਿ ਮਹਾਰਾਜ ਕੇ ਨਾਮ ਜਪੋ, ਸਿਮਰਨ ਕਰੋ, ਪਾਠ ਕਰੋ,
ਅਤੇ ਬਾਹਰ ਜਾਣ ਕੇ ਕੋਸ਼ਿਸ਼ ਨਾ ਕਰੋ, ਆਪਣਾ ਗੁਰੂ ਰਾਮਦਾਸ ਜੀ ਕੇ ਦਰਬਾਰ ਮੇ ਰਹੋ, ਇੱਥੇ ਮੱਥਾ ਟੇਕੋ, ਆਪਣਾ ਕਾਰੋਬਾਰ ਚਲਾਓ। ਹਾਂਜੀ, ਪੰਖਾ ਬਾਇੰਡ ਕਰਕੇ ਫਿਟਿੰਗ ਕਰ ਰਿਹਾ ਜੀ। ਹਾਂਜੀ, ਬਾਇੰਡਿੰਗ ਕੀਤੀ ਹੈ ਜੀ, ਦੇਖੋ ਤੁਹਾਡੇ ਸਾਹਮਣੇ ਵਾਇਰਿੰਗ ਨਵੀਂ ਪਾ ਰਿਹਾ ਪੰਖਿਆਂ ਨੂੰ, ਇਹਨੂੰ ਵਾਇਰਿੰਗ ਬੁਨੀ ਪਾ ਕੇ ਇਹਨੂੰ ਚਾਲੂ ਕਰ ਦੇਵਾਂਗੇ। ਤੁਹਾਡੀ ਕੋਈ ਜੌਬ ਵੀ ਹੋਰ ਵੀ ਹੈ? ਹਾਂਜੀ, ਪ੍ਰਾਈਵੇਟ ਜੌਬ ਵੀ ਹੈ। ਬਹੁਤ ਚੰਗਾ ਲੱਗਾ ਤੁਹਾਡੇ ਨਾਲ। ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਸਰਦਾਰ ਜੀ ਬਣ ਗਏ ਨੇ ਅਤੇ ਆਪਣੀ ਹੱਥੀ ਕਿਰਤ ਕਰਦੇ ਪਏ ਆ। ਦੇਖੋ, ਇਲੈਕਟ੍ਰੋਨਿਕ ਸ਼ੋਪ ਹੈਗੀ ਆ ਇਹਨਾਂ ਦੀ, ਵਾਇੰਡਿੰਗ ਕਰਦੇ ਆ, ਪੱਖਾ ਸਾਰਾ ਕੁਛ ਕੰਮ ਕਰਦੇ ਆ, ਇਲੈਕਟ੍ਰੋਨਿਕ ਕਿਸੇ ਵੀ ਚੀਜ਼ ਆਈਟਮ ਦਾ ਹੋਵੇ। ਪਰ ਅਸੀਂ ਲੋਕ ਕਹਿੰਦੇ ਕਿ ਅਸੀਂ ਬਾਹਰ ਹੀ ਜਾਣਾ, ਬਾਹਰ ਹੀ ਜਾਣਾ, ਬਾਹਰ ਜਾਣ ਨਾਲੋਂ ਬੈਟਰ ਹੈ ਇੱਥੇ ਹੱਥੀਂ ਕਿਰਤ ਕਰੋ, ਬਾਹਰਲੇ ਬੰਦੇ ਆ ਕੇ ਇੱਥੇ ਕੰਮ ਕਰ ਰਹੇ ਨੇ, ਅਸੀਂ ਲੋਕ ਕਿਉਂ ਨਹੀਂ ਕਰ ਸਕਦੇ? ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਹੱਥੀਂ ਕਿਰਤ ਕਰਕੇ ਇੱਥੇ ਆਪਣੇ ਮਾਂ ਪਿਓ ਦੀ ਸੇਵਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।